ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਲ ਲਈ ਲੈ ਕੇ ਆਂ ਜੀ, 2 ਤਾਜ਼ੀਆਂ ਸੇਲ ਨੇ, 4 ਗੱਭਣਾਂ ਨੇ ਜੀ। ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕੰਟੈਕਟ ਕਰ ਲਓ ਜੀ। ਕੰਟੈਕਟ ਨੰਬਰ ਨੋਟ ਕਰੋ 8146615312 ਜੀ। ਆਓ ਪਹੁੰਚਦੇ ਆਪਾਂ ਵੀਰ ਤੋਂ ਕੱਲੀ ਕੱਲੀ ਰੇਟ ਦੇ। ਹਾਂਜੀ ਵੀਰ ਜੀ, ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰੇ ਨਾਮ ਤੇ ਐਡਰੈਸ ਬੋਲਦੇ? ਨਾਮ ਭਰਪੂਰ ਸਿੰਘ, ਪਿੰਡ ਸੰਧੂ ਕਲਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਜੀ। ਫੋਨ ਨੰਬਰ ਹੈਗਾ 9154566734। ਠੀਕ ਹੈ ਜੀ, ਇਹ ਵੀਰ ਦਾ ਕੰਟੈਕਟ ਨੰਬਰ ਆ। ਬਾਈ ਨੇੜੇ ਪਿੰਡ ਕਿਹੜਾ ਰਹਿ ਜਾਂਦਾ? ਨੇੜੇ ਪਿੰਡ ਆਪਾਂ ਨੂੰ ਜੇ ਤਾਂ ਮੋਗਾ ਸਾਈਡ ਤੋਂ ਆਉਣੇ ਤਾਂ ਆਪਾਂ ਨੂੰ ਘੋੜ ਰਹਿ ਜਾਂਦਾ। ਠੀਕ ਹੈ ਜੀ। ਜੇ ਬਰਨਾਲਾ ਸਾਈਡ ਤੋਂ ਆਉਣੇ ਸੈਣਾ ਰਹਿ ਜਾਂਦਾ, ਠੀਕ ਹੈ। ਤਪਾ ਸਾਈਡ ਤੋਂ ਆਪਾਂ ਨੂੰ ਰਹਿ ਜਾਂਦਾ ਹੈਗਾ, ਮੰਨ ਲਓ ਵੀ ਪਿੰਡ ਰਾਈਆ ਵੱਲੋਂ। ਠੀਕ ਹੈ ਜੀ। ਹਾਂਜੀ, ਤੇ ਬਾਕੀ ਕੰਟੈਕਟ ਨੰਬਰ ਬਾਈ ਸਕਰੀਨ ਉੱਪਰ ਆ ਰਿਹਾ। ਵੀਰੇ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਆ ਸੂਈ ਹੈ? ਇਹ ਪਲੂਣ ਸੂਈ ਹੈ ਜੀ, 2 ਦੰਦ ਹੈ। ਠੀਕ ਹੈ, ਇਹਨੂੰ ਅੱਜ ਮੰਨ ਲਓ ਵੀ ਚੌਥਾ ਦੇਣਾ ਸੂਈ ਨੂੰ। ਚੌਥਾ ਦੇਣਾ ਸੂਈ ਨੂੰ, ਪਹਿਲਾ ਸੂਆ ਸੂਈ ਹੈ। ਹਾਂਜੀ। ਕਿੰਨਾ ਕੁ ਬੋਲਾ ਕੱਢਿਆ ਬਾਈ? ਇਹਦੇ ਥੱਲੇ ਹੁਣ 15 ਕਿਲੋ ਬੋਲਾ ਤਿਆਰ ਆ ਜੀ। 15 ਲੀਟਰ ਬੋਲਾ ਤਿਆਰ ਆ ਹਨਾ ਬਾਈ, ਕਿੰਨਾ ਕੁ ਦੁੱਧ ਕਰ ਜੂ ਬਾਈ? ਦੁੱਧ ਮੰਨ ਲਓ 20-22 ਕਿਲੋ ਦੇ ਦੂ ਖੁੱਲਾ। 20 ਤੋਂ 22 ਲੀਟਰ ਤੇ ਬੱਚਾ ਕੀ ਦਿੱਤਾ ਬਾਈ ਨੇ? ਬੱਚਾ ਦਿੱਤਾ ਜੀ। ਬੱਚਾ ਮਗਰ ਬੱਚਾ ਜੀ ਬਾਈ, ਤੋਰ ਕੇ ਦਿਖਾ ਦੇ। ਕੱਦ ਕਾਠ ਚੰਗਾ, ਬਰੀਡ ਚੰਗੀ ਆ, ਫੇਸ ਵੀ ਉਹਦੀ ਚੰਗੀ ਆ, ਪ੍ਰਿੰਟ ਵਗੈਰਾ ਚੰਗਾ, ਥਣ ਹਵਾਨੇ ਦੀ ਬਾਈ ਸੋਹਣੀ ਆ, ਥਣ ਬਹੁਤ ਸੋਹਣਾ ਲੱਗਿਆ, ਮੁੱਠੀ ਵਾਲਾ ਥਣ ਤੇ ਤੋਰ ਵਗੈਰਾ ਚੰਗੀ ਆ, ਪਹਿਲਾ ਸੂਆ ਬੈਡ ਸੂਈ ਆ, ਸਮੀ ਭਲੀ ਚੰਗੀ ਆ ਬਈ, ਰਾਜੀ ਆ ਬੈਡ ਤੇ ਆਰਡਰ ਦੀ ਕੁਆਲਿਟੀ ਬਾਈ ਨੇੜੇ ਤੋਂ ਚੈੱਕ ਕਰੋ। ਬਾ ਕਮਾਲ ਦਾ ਆਰਡਰ ਤਿਆਰ ਕਰਿਆ ਜੀ। ਜਿਹੜਾ ਆਪਣਾ ਵੀਡੀਓ ਬਣਾਉਣ ਦਾ ਟਾਈਮ ਹੈ ਜੀ, 3:30 ਵਜੇ ਦਾ ਟਾਈਮ ਆ, ਸ਼ਾਮ ਤੱਕ ਆਰਡਰ ਦੀ ਕੁਆਲਿਟੀ ਨੇ ਹੋਰ ਵੀ ਜ਼ਿਆਦਾ ਵਧੀਆ ਬਣਾ ਲੈਣੀ ਆ, ਆਹ ਸਾਰੀਆਂ ਬਾਲਟਲਾਂ ਕੱਢ ਲੈਣੀਆਂ ਤੇ ਬਾਕੀ ਬਾਈ ਲੇਵਾ ਥੋੜਾ ਜਿਹਾ ਮੂਹਰ ਨੂੰ ਆਗਾ। ਸਨ ਚਾਰੇ ਥਣ ਬਾਈ ਨਿਖੜਵੇਂ ਪੂਰੇ ਗਏ ਉੱਤੇ ਤੇ ਪੀੜੀ ਦੇ ਪਾਏ ਵਰ ਗਏ ਥਣ। ਚਬਾਈ ਦੀ ਕਿਵੇਂ ਅੰਕਲੇ? ਚਬਾਈ ਦੇ 100 ਦਾ 100 ਨੰਬਰ ਹੈ। ਠੀਕ ਹੈ ਬਾਈ, ਬਾਕੀ ਅਗਲੇ ਨੇ ਚੋਲ ਨਹੀਂ, ਉਂਗਲ ਵਰਗੀ ਧਾਰ ਹੈ। ਠੀਕ ਹੈ ਬਾਈ, ਕੋਈ ਔਲ ਫੌਲ ਨਹੀਂ ਕਰਦੀ ਜਮਾ। ਤੇ ਕੀ ਮੁੱਲ ਰੱਖਿਆ ਬਾਈ? ਮੁੱਲ 85,000 ਰੁਪਏ ਦੇ ਦਾਂਗੇ ਆਪਾਂ। 85,000 ਰੁਪਇਆ ਮਾਨਤਾਨ ਕਰੋਗੇ? ਮਾਨਤਾਨ ਕਰ ਦਾਂਗੇ। ਠੀਕ ਹੈ ਜੀ, 85,000 ਰੁਪਇਆ ਬਾਈ ਇਹਦਾ ਮੁੱਲ ਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਉੱਪਰੋਂ ਬੱਚੀ ਦੀ ਸਟੇਟਨੈਸ ਚੰਗੀ ਆ, ਪਿੱਠ ਬੜਾ ਵੀ ਚੰਗਾ, ਚੰਗੀ ਆ ਬੱਚੀ ਬਾਈ, ਸਮੀ ਭਲੀ। ਬਾਕੀ ਹੁਣ ਨਾ ਪਲ ਪਲ ਪਾਈ ਪਿਆ ਬੱਚੀ ਦੇ ਹਣਾ। ਠੀਕ ਹੈ ਬਾਈ, ਚੋਈ ਚੋਈ ਤਾਂ ਬਾਹਲੀ ਚੰਗੀ ਹੈਗੀ। ਹਾਂ, ਤੇ ਕੋਈ ਮੰਨ ਲਾ ਵੀ ਇਹ ਸੀ, ਕੋਈ ਗੱਲ ਨਹੀਂ। ਠੀਕ, ਮਾੜੀ ਜੀ ਸੇਫ ਜ਼ਰੂਰ ਹੈਗੀ ਅੰਦਰ ਨੂੰ ਲੇਵੇ ਦੀ, ਥੋੜਾ ਜਿਹਾ ਲੇਵਾ ਮੂਰ ਨੂੰ ਰੱਖ ਦਿਆ, ਸ਼ਾਮ ਤੋਂ ਲੇਵਾ ਘੱਟ ਦਿੰਦਾ, ਪਰ ਦੁੱਧ ਵਾਲੀ ਹੈ ਬੈਡ। ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੂਈ ਹੈ? ਇਹ ਮੰਨ ਲਓ ਵੀ ਦੂਜਾ ਸੂਆ ਸੂਈ, ਦੂਜਾ ਸੂਆ ਕਦੋਂ ਸੂਈ ਹੈ ਬਾਈ ਇਹ? ਇਹ ਹੋਊਗੀ 10-12 ਦਿਨ ਦੀ, 10-12 ਦਿਨ ਸੂਈ ਨੂੰ। ਤੇ ਬੱਚਾ ਕੀ ਹੈ ਬਾਈ? ਬੱਚਾ ਮੰਗਦੀ। ਬੱਚਾ ਜੀ, ਤੇ ਕਿੰਨਾ ਕੁ ਦੁੱਧ ਰੈਡੀ ਹੈ ਬਾਈ ਹੁਣ? ਇਹਦੇ ਥੱਲੇ ਦੁੱਧ ਹੁਣ 15 ਕਿਲੋ ਤਿਆਰ ਹੈ। 15 ਕਿਲੋ ਨੈਟ ਤਿਆਰ ਹੈ ਬਾਈ? ਹਾਂਜੀ ਹਾਂ। ਠੀਕ ਹੈ ਬਾਈ, ਖੋਲਾ ਤੁਰ ਕੇ ਦਿਖਾ ਦਈਏ। ਕੱਦ ਕਾਠ ਚੰਗਾ, ਆਰਡਰ ਬਾ ਕਮਾਲ ਦਾ ਤਿਆਰ ਕਰਿਆ, ਨਾੜਾ ਨੂੜਾ ਆਰਡਰ ਉੱਪਰ ਬਾਈ ਬਹੁਤ ਚੰਗੀਆਂ, ਥਣ ਵੀ ਮੁੱਠੀ ਵਾਲਾ ਲੱਗਿਆ, ਬੱਚਾ ਮਗਰ ਬੱਚਾ, ਸੂਈ ਸਵਾਈ ਤੇ ਜੇਰ ਜੂਰ ਵਧੀਆ ਪੈ ਗਈ ਸੀ ਬਾਈ? ਜੇਰ ਜੂਰ ਸਭ ਕੁਛ ਓਕੇ ਜੀ। ਠੀਕ ਆ ਬਾਈ, ਜੇਰ ਜੂਰ ਵਧੀਆ ਪੈ ਗਈ ਸੀ ਤੇ ਆਰਡਰ ਬਾਈ ਬਹੁਤ ਸੋਹਣਾ ਤਿਆਰ ਕਰਿਆ, ਬਾਅਦ ਇਸਾਂ ਦੇ ਆਰਡਰ ਤੇ ਥਾਣ ਥੁਣ ਵੀ ਚੰਗਾ, ਪ੍ਰਿੰਟ ਚੰਗਾ, ਕੱਦ ਕਾਠ ਚੰਗਾ, ਬਰੀਡ ਚੰਗੀ ਆ। ਤੇ ਦੁੱਧ ਕਿੰਨਾ ਦੱਸਿਆ ਸੀ ਬਾਈ? ਦੁੱਧ 15 ਕਿਲੋ ਹੋਣਾ। 15 ਕਿਲੋ ਵਧੂਗੀ ਹੋਰ? ਹਾਂ ਹਾਂ, ਦੇ ਦੂ ਦੁੱਧ, ਮੰਨ ਲਓ 20 ਕਿਲੋ ਆਰਾਮ ਨਾਲ ਦੇਊ ਬਾਈ। ਨਾੜਾ ਨੂੜਾ ਆਰਡਰ ਦੇ ਉੱਪਰ ਬਹੁਤ ਚੰਗੀਆਂ, ਥਣ ਲੈ ਵੀ ਸਾਫ ਸੁਥਰੀ ਆ, ਮਰਜੀ ਮੋਟੀ ਮੋਟੀ ਚਾਰੇ ਥਣ ਬਾਈ ਨੇਖੜਵੇਂ ਤੇ ਪੀੜੀ ਦੇ ਪਾਏ ਵਰ ਗਿਆ, ਦੇ ਇਸਾਂ ਦੇ ਸਾਈਡ ਤੋਂ ਥਣ ਦੇਖੋ ਬਾਈ, ਚਾਰੇ ਨੇਖੜਵੇਂ ਪੂਰੇ, ਨਾੜ ਨੂੜ ਬਹੁਤ ਚੰਗੀ ਆ ਦੁੱਧ ਵਾਲੀ। ਤੇਰਾ ਕੀ ਮੁੱਲ ਆ ਬਾਈ? ਇਹਦਾ 55,000। 55,000 ਰੁਪਇਆ ਮਾਨਤਾਨ ਹੋ ਜੂ ਬਾਈ? ਹਾਂਜੀ, ਲੈ ਚੱਲ ਬਾਈ ਮੁੱਲ 55,000 ਰੁਪਇਆ ਬਾਈ ਮੁੱਲ ਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਹੋ ਜਾਣਾ। ਠੰਡੀ ਸੀਲ ਆ, ਬੱਚਾ ਮਗਰ ਬੱਚਾ, ਸੂਈ ਸਵਾਈ, ਜੇਰ ਵਗੈਰਾ ਡੰਨ ਦੁੱਧ ਤੇ ਆਈ ਵੀ ਬਾਈ, ਵੱਡੀ ਗੱਲ ਇਹ ਆ। ਤੇ ਮੁੱਲ ਇਹਦਾ 55,000 ਰੁਪਇਆ ਮਾਨਤਾਨ ਹੋ, ਚੰਗੀ ਆ ਬਾਈ ਬੈਡ, ਸਮੀ ਭਲੀ ਆ ਵੀ ਤੇ ਤੋਰ ਵਗੈਰਾ ਵੀ ਚੰਗੀ ਆ। ਅੱਗੇ ਬਾਈ 3 ਨੰਬਰ ਤੇ ਇਹ ਕਿਹੜਾ ਸੂਆ ਸੁਣਦੀ ਆ ਜੀ? ਇਹ ਵੀ ਦੂਜਾ ਸੂਆ ਹੀ ਸੂਗ, ਦੂਜਾ ਸੂਆ। ਕਿੰਨੇ ਦਿਨ ਲੈਂਦੀ ਆ ਬਾਈ? ਇਹਦੇ ਮੰਨ ਲਓ ਵੀ 12-13 ਦਿਨ ਬਾਕੀ ਆ। 12 ਤੋਂ 13 ਦਿਨਾਂ ਦੀ ਖਿੱਚੀ ਹੈ ਬਾਈ। ਕਿੰਨਾ ਕੁ ਦੁੱਧ ਪਾਇਆ ਨੇ ਪਿਛਲੀ? ਇਹਦਾ ਦੁੱਧ ਮੰਨ ਲਓ ਵੀ ਪਾਇਆ ਵਾ 26-25 ਕਿਲੋ ਦੁੱਧ, 25 ਤੋਂ 26 ਲੀਟਰ ਦੁੱਧ ਪਾਇਆ ਬਾਈ। ਖੋਲਾ ਤੋਰ ਕੇ ਦਿਖਾਈ, ਹਲੇ ਐ ਮੰਨ ਲਓ ਵੀ ਕੰਨਾਂ ਖੜੀਆਂ 6 ਦੰਦੀ ਆ ਬੱਚੀ। ਬਾਈ ਜਿਹੜੀਆਂ ਪਹਿਲਾਂ ਵਹਿਣਾ ਦਿਖਾਈਆਂ ਸੀ ਉਹਨਾਂ ਨਾਲ ਥੋੜਾ ਜਿਹਾ ਕੱਦ ਉੱਚਾ ਹੀ ਆ, ਫੇਸ ਬਿਊਟੀ, ਪ੍ਰਿੰਟ ਵਗੈਰਾ ਤੇ ਤੋਰ ਵਗੈਰਾ, ਥਣ ਲੇਵੇ ਦੀ ਬਿਲਕੁਲ ਸਾਫ ਸੁਥਰੀ, ਦੇਣੇ ਦੇ ਕਈ ਪਏ ਆਰਡਰ ਨੇ ਬਹੁਤ ਸੋਹਣਾ ਤਿਆਰ ਕਰਨਾ ਨੇੜੇ ਜਾ ਕੇ ਬਾਈ, ਬਾਲਟਲਾਂ ਦੱਸਦੀਆਂ ਆਰਡਰ ਬਾ ਕਮਾਲ ਦਾ ਤਿਆਰ ਕਰੂ, ਪਿੱਠ ਬੁੜਾ ਉਚਾਈ ਉਚੀ ਬੈਡ ਦੀ ਬਹੁਤ ਆ, ਪ੍ਰਿੰਟ ਵਗੈਰਾ ਚੈੱਕ ਕਰ ਲਓ, ਥਣ ਨੇੜ ਤੋਂ ਵੀ ਜ਼ਰੂਰ ਚੈੱਕ ਕਰਵਾਵਾਂਗੇ ਬਾਈ। ਆਰਡਰ ਹਜੇ ਥੋੜਾ ਥੋੜਾ ਤਿਆਰ ਕਰਿਆ, ਬਹੁਤ ਸੋਹਣਾ ਆਰਡਰ ਤਿਆਰ ਕਰਨਾ ਦੇ, ਚਾਰੇ ਥਣ ਬਈ ਨਿਕਲਣੇ ਪੂਰੇ ਗੈਪ ਤੇ ਆ, ਮੋੜ ਲਿਆ ਬਾਈ। ਦੇਖ ਦੀ ਕਿੰਨੀ ਕ ਉਮੀਦ ਕਰਦੇ ਬਈ ਦੁੱਧ ਪਾ ਦਿੰਦੇ ਆ।
ਕਿੰਨਾ ਕਿ ਦੁੱਧ ਪਾ ਦੂ ਬਈ ਐਤਕੀ ਇਹ? ਇਹ ਐਤਕੀ ਮੰਨ ਲਓ ਵੀ ਦੇਊਗੀ 27-28 ਕਿਲੋ ਦੁੱਧ ਆਰਾਮ। 27-28 ਠੀਕ ਆ ਬਈ, 27 ਤੋਂ 28 ਲੀਟਰ ਦੁੱਧ ਦੀ ਇਸ ਵਾਰ ਉਮੀਦ ਕਰਦੇ ਆ। ਤੇ ਮੁੱਲ ਕੀ ਆ ਬਈ ਇਹਦਾ? ਮੁੱਲ ਇਹਦਾ 75,000 ਹੈ। 75,000 ਰੁਪਇਆ ਮਾਨ ਤਾਨ ਕਰੋਗੇ ਬਈ? ਕਰ ਦਾਂਗੇ ਮਾਨ। ਠੀਕ ਹੈ ਬਈ, ਟਾਂਚਾ ਟੂੰਚਾ ਵੱਡਾ ਚੰਗੀ ਆ, ਬੈਡ ਕੱਦ ਕਾਠ ਦੀ ਪੂਰੀ ਪ੍ਰਿੰਟ ਪੁੰਟ ਚੰਗਾ ਹੈਗਾ, ਤੇ ਬਾਕੀ ਰੇਟ ਚੋਂ ਮਾਨ ਤਾਨ ਜ਼ਰੂਰ ਹੋ ਜੂ। ਅੱਗੇ ਵੀਰੇ 4 ਨੰਬਰ ਤੇ ਜਰਸੀ ਆ। ਇਹ ਜਰਸੀ ਹੈ ਜੀ। ਕਿਹੜਾ ਸੂਆ ਸੁਣਦੀ ਆ ਬਈ ਇਹ? ਇਹ ਸੂਆ ਬਈ ਸੂ ਕੀ ਤੀਜਾ। ਤੀਜਾ ਕਿੰਨੇ ਦਿਨ ਲੈਂਦੀ ਆ ਬਈ? ਇਹਦੇ ਦਿਨ ਪਏ ਆ ਕੇ ਮੰਨ ਲਓ ਵੀ 10। 10 ਦਿਨਾਂ ਦੀ ਕੱਚੀ ਆ। ਆਰਡਰ ਬਾ ਕਮਾਲ ਦਾ ਹਨਾ ਬਈ। ਦੁੱਧ ਦਾ ਦੂਜਾ ਸੂਆ ਦਾ ਕੱਢਿਆ ਬਈ 25 ਕਿਲੋ ਜੀ। 25 ਕਿਲੋ ਥਾਣ ਸੁਣੋ ਵੀ ਬਈ ਕੀ ਬਾਤ ਆ, ਮੁੱਠੀ ਵਾਲਾ ਥਾਣਾ ਚਾਰੇ ਨਿਕੜਵੇਂ ਪੂਰੇ ਗੈਰ ਤੇ ਆ। ਖੋਲਾ ਬਈ ਤੋੜ ਕੇ ਦਿਖਾਈਏ। ਜਿਹਨੇ ਘਰੇ ਰੱਖ ਲਈ ਦੇਵਤੀ ਗਾਂ ਹੈ, ਘਰੋਂ ਨਹੀਂ ਕੱਢਦਾ ਅਗਲਾ, ਉਹਦਾ ਬੰਦੇ ਦੀ ਦੇਵਤੀ ਕਰਤੀ ਚਲੋ ਅੱਡੋ ਅੱਡ ਸਮਝ ਹੁੰਦੀ ਆ, ਪਰ ਗਾਂ ਹੈ ਘਰੋਂ ਕੱਢਣ ਵਾਲੀ ਚੀਜ਼ ਨਹੀਂ। ਠੀਕ 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 ਹਾਂ, ਇੱਕ ਅਗਲਾ ਸਿੰਘ ਕਹਿਦਾ ਹੁੰਦਾ। ਹਾਂ ਸਿੰਘ ਤੋਂ ਉਹਦਾ ਕੂਨੀ ਆਣਾ ਬਈ, ਪੂਰੀ ਬਾਲੀ ਕੂਨੀ ਆਣੀ ਆ ਬਈ। ਪੈਠ ਫੜਾ ਚੈੱਕ ਕਰੋ, ਬਹੁਤ ਚੌੜਾ ਪੈਠ ਫੜਾ। ਆਰਡਰ ਬਈ ਬਾ ਕਮਾਲ ਦਾ ਤਿਆਰ ਕਰੋ, ਕਿਉਂਕਿ ਬਾਲ ਟੱਲਾਂ ਦੱਸਦੀਆਂ, ਥਣ ਲੇਵਾ ਦੱਸਦਾ, ਚੰਗਾ ਆਰਡਰ ਕੱਢਦਾ ਇਹਨੇ। ਦੇਖ ਸਕਦੇ ਬਈ ਨੇੜ ਤੋਂ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ। ਫੇਸ ਬਿਊਟੀ ਚੈੱਕ ਕਰੋ ਬਈ, ਸਿੰਘ ਜ਼ਰੂਰ ਆ ਬਈ, ਕਹਿੰਦਾ ਕੂਨੀ ਆ ਪੂਰੀ, ਬਾਲੀ ਕੂਨੀ ਆ ਬਾਲੀ। ਜਰਸੀ ਨਸਲ ਦੇ ਪੈਂਦੀ ਆ ਸਿੰਘ ਪਟੋ। ਵੱਡੀ ਗੱਲ ਇਹ, ਗਰਮੀ ਨਹੀਂ ਮੰਨਦੀ, ਫੈਟ ਚੰਗੀ ਆ ਉਹ ਇਹਨਾਂ ਦੀ, ਤੇ ਵਾਕਈ ਘਰੇ ਰੱਖਣ ਵਾਲੀ ਬੈੜਾ। ਲੈ ਚੱਲ ਬਾਈ, ਬੱਚੇ ਬਹੁਤ ਚੰਗੇ ਪਾਉਂਦੀ ਆ, ਉਹਨਾਂ ਕੋਲ ਦੋਨੇ ਸੂਆਂ ਦੀਆਂ ਬੱਚੀਆਂ ਮਗਲ। ਠੀਕ ਆ ਬਾਈ, ਤੇ ਮੁੱਲ ਕੀ ਆ ਬਾਈ ਇਹਦਾ? ਇਹਦਾ ਮੁੱਲ ਆਪਣਾ 65,000 ਰੁਪਏ। 65,000 ਰੁਪਏ ਮਾਨ ਤਾਨ ਕਰੋਗੇ ਬਾਈ? ਕਰ ਦਾਂਗੇ। ਠੀਕ ਆ ਜੀ, 65,000 ਰੁਪਏ ਵੀਰ ਨੇ ਰੇਟ ਰੱਖਿਆ, ਬਾਕੀ ਮੌਕੇ ਦੇ ਵਿੱਚ ਮਾਨ ਤਾਨ ਜ਼ਰੂਰ ਹੋ ਜੂ। ਚੰਗੀ ਆ ਬਾਈ ਬੈੜ, ਥਣ ਹਵਾਨਾ ਦੱਸਦਾ, ਦੁੱਧ ਚੰਗਾ ਪਾ ਦਿਓ। ਨੇੜ ਤੋਂ ਇੱਕ ਵਾਰੀ ਜ਼ਰੂਰ ਚੈੱਕ ਕਰਵਾ ਦੇ ਸਨ, ਬਲਟਲਾਂ ਸਾਰੀਆਂ ਨੇ ਕੱਢ ਲੈਣੀਆਂ ਸੂਣ ਦੇ ਮੌਕੇ, ਦਿਨ ਦੇ ਹਜੇ ਪਏ ਨੇਗੇ। ਅੱਗੇ ਬਈ 5 ਨੰਬਰ ਤੇ ਜਰਸੀ ਆ ਵੀ ਆਣਾ ਬਈ। ਬਾਕੀ ਜੇ ਆਪਣਾ ਸਿੰਘਾਂ ਦਾ ਨਾ ਮਾੜਾ ਜਿਹਾ ਬੱਟਾ ਪਾਉਂਦੀ ਬੈ 85-90,000 ਦੀ ਬੈ। ਸਹੀ ਆਰਾਮ ਨਾਲ ਢਾਂਚਾ ਬਹੁਤ ਚੰਗਾ ਲੱਗਦਾ ਨਾ, ਕੱਲੇ ਸਿੰਘ ਹੀ ਮਾਰ ਪਾਉਂਦੇ ਨੇ। ਅੱਗੇ ਵੀਰੇ 5 ਨੰਬਰ ਤੇ ਕਿਹੜਾ ਸੂਆ ਸੁਣਦੇ? ਇਹ ਪਲੂਣ ਹੈ ਜੀ, 2 ਦੰਦ ਬੱਚੀ ਹੈ। 2 ਦੰਦ ਬੱਚੀ ਆ, ਪਹਿਲਾ ਸੂਆ ਸੁਣਦੇ? ਕਿੰਨੇ ਦਿਨ ਲੈਂਦੀ ਆ ਬਈ ਇਹ? 8 ਦਿਨ ਲੈ ਜੂ ਬਈ। 8 ਦਿਨ ਲੈ ਜੂ, ਹਾਂਜੀ। ਠੀਕ ਆ ਬਈ, ਕੱਢ ਲਿਆ ਬਾਅਦ ਤੋਰ ਕੇ ਦਿਖਾਈਏ ਬਈ। 8 ਦਿਨ ਲੈਂਦੀ ਆ ਬਈ, ਬੱਚੀ ਚੰਗੀ ਆ, ਕੱਦ ਕਾਠ ਦੀ, ਫੇਸ ਬਿਊਟੀ ਚੰਗੀ ਆ, ਪਹਿਲਾ ਸੂਆ ਸੁਣਦੀ ਆ, ਪਲੂਣ ਹੀ ਸੁਣਦੀ ਆ, ਥਣ ਹਵਾਨਾ ਸੋਹਣਾ ਕੱਢਦੀ ਹੁੰਦੀ ਆ। ਜਿਸ ਹਿਸਾਬ ਨਾਲ ਬਈ ਪਹਿਲਾ ਸੂਆ ਸੁਣਦੀ ਆ, ਥਣ ਹਵਾਨਾ ਸੋਹਣਾ ਕੱਢਦੀ ਆਉਂਦੀ ਆ, ਬਲ ਢਿੱਲਾਂ ਦੱਸਦੀਆਂ, ਆਰਡਰ ਹੋਰ ਵੀ ਜ਼ਿਆਦਾ ਵਧੀਆ ਬਣਾਉ। ਦਿਨ ਦੇ 8 ਪਏ ਆ, 8 ਦਿਨਾਂ ਨੂੰ ਆਰਡਰ ਦੀ ਕੁਆਲਿਟੀ ਨੇ ਬਾ ਕਮਾਲ ਦੀ ਤਿਆਰ ਕਰਨੀ ਆ। ਕੱਦ ਕਾ ਠੀਕ ਆ, ਫੇਸ ਬਿਊਟੀ ਚੰਗੀ ਆ, ਯਾਦਵ ਰੇਟ ਚੰਗੀ ਆ। ਦੁੱਧ ਕਿੰਨਾ ਕੁ ਪਾਓ ਬਈ? ਦੁੱਧ ਇਹ ਦੇਊਗੀ 16 ਕਿਲੋ ਜੀ, 16 ਲੀਟਰ ਦੁੱਧ ਦੀ। 15 ਤੋਂ ਸੋਹਣਾ ਲਾਜ਼ਮੀ ਦੇ ਦੇਊਗੀ। ਠੀਕ 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 ਠੀਕ, 2 ਦੰਦ ਬੱਚੀ ਹੈ ਜਮਾ। ਠੀਕ ਆ ਬਈ, ਕੱਚੀ ਜਮਾ। ਆਦੇ ਸਰ, ਠੀਕ ਆ ਵੀਰੇ, ਲੈ ਚੱਲਾਂਗੇ। ਤੇ ਥਣ ਵੀ ਬਈ ਚੰਗਾ ਨੇੜ ਤੋਂ ਜ਼ਰੂਰ ਚੈੱਕ ਕਰੋ, ਚਾਰੇ ਥਣ ਬਈ ਨਿਕੜਵੇਂ ਪੂਰੇ ਗਏ। ਤੇ ਮੁੱਲ ਕੀ ਅੰਕਲ ਇਹਦਾ? ਇਹਦਾ 55,000 ਰੁਪਏ। 55,000 ਰੁਪਇਆ ਮਾਨ ਤਾਨ ਕਰੋਗੇ? ਇਹ ਜੋ ਮਾਨ ਤਾਨ ਕਰ ਦਾਂਗੇ ਬਸ। ਠੀਕ ਹੈ ਜੀ, 55,000 ਰੁਪਏ ਦਾ ਰੇਟ ਆ, ਬਾਕੀ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜੂ ਬਾਈ। ਆ ਸਾਰੀਆਂ ਬਲਟ ਲੈਣੇ ਕੱਢ ਲੈਣੀਆਂ, ਜਿਹੜੀਆਂ ਬਲਟ ਲੈਣਾ ਸੂਣ ਦੇ ਮੌਕੇ ਸਾਰੀਆਂ ਕੱਢ ਕੇ ਫੇਰ ਇਹਨੇ ਬਹੁਤ ਸੋਹਣਾ ਨਿਕਰਨਾ, ਬਹੁਤ ਸੋਹਣਾ ਢਾਂਚਾ ਬਣਾ ਬਾਈ। ਪਲੂਣ ਥੋੜਾ ਨੇੜੇ ਜਾ ਕੇ ਆਰਡਰ ਤਿਆਰ ਕਰਦੀਆਂ ਨੇ। ਆਦੇ ਸੋ, ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਚਵਾਈ ਦੀ ਚੰਗੀ ਨਿਕਲੂਗੀ ਥਾਣ ਦੀ। ਥਾਣ ਬੜੀ ਸੋਹਣੀ, ਆਪਾਂ ਚੋਈ ਕਰਕੇ ਲਈ ਜਾਵਾਂ ਲੋ। ਅੱਗੇ ਅੰਕਲ 6 ਨੰਬਰ ਤੇ ਕਿਹੜਾ ਸੂਆ? ਇਹ ਦੂਜਾ ਸੂਆ ਸੂ ਜੀ। ਇਹ ਵੀ ਜਰਸੀ ਆ? ਇਹ ਵੀ ਜਰਸੀ ਆ। ਪੰਜਾਬ ਵਾਲੀ ਆ ਇਹ? ਇਹ ਜਮਾਂ ਪੰਜਾਬ ਵਾਲੀਆਂ, ਦੋਨੇ ਪੰਜਾਬ ਵਾਲੀਆਂ ਮੰਨ ਲਓ ਆਪਾਂ ਤਾਂ ਤਿੰਨੇ ਆ। ਠੀਕ 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 ਠੀਕ। ਤੇ ਇਹਦਾ ਪਲੂਣ ਦਾ ਕੱਢਿਆ ਵਾ ਦੁੱਧ 16 ਕਿਲੋ। 16 ਲੀਟਰ ਦੁੱਧ ਪਲੂਣ। ਇਹ 18-19 ਕਿਲੋ ਦੁੱਧ ਦੇਊਗੀ। ਠੀਕ ਠੀਕ। ਇਹ 4 ਦੰਦ ਬੱਚੀ। 4 ਦੰਦ ਦਾ ਮੂੰਹ। ਠੀਕ ਹੈ ਜੀ, ਦੁੱਧ ਬਾਈ ਚੰਗਾ ਪਾ ਦੂ, ਕਿਉਂ ਯਾਦ ਬਰੀਡ ਚੰਗੀ ਆ, ਫੇਸ ਬਿਊਟੀ ਚੰਗੀ ਆ। ਵੱਡੀ ਗੱਲ ਤਾਂ ਬਈ ਇਹ ਆ, ਹੁਣ ਗਰਮੀ ਆਉਂਦੀ ਆ, ਗਰਮੀ 'ਚ ਬੜਾ ਕਾਮਯਾਬ ਨੇ, ਗਰਮੀ ਘੱਟ ਮੰਨਦੀਆਂ, ਫੈਟ ਚੰਗੀ ਆਉਂਦੀ ਆ। ਆਰਡਰ ਹਜੇ ਬਈ ਥੋੜ੍ਹਾ ਥੋੜ੍ਹਾ ਤਿਆਰ ਕਰਿਆ, ਆਰਡਰ ਇਹਨੇ ਸੋਹਣਾ ਤਿਆਰ ਕਰ ਲੈਣਾ, ਦਿਨ ਇਹਦੇ ਪਏ ਆ, ਉਹਨਾਂ ਨੂੰ ਆਰਡਰ ਦੀ ਕੁਆਲਿਟੀ ਨੇ ਬਾ ਕਮਾਲ ਦੀ ਤਿਆਰ ਕਰਨੀ ਆ। ਥਣ ਥੁਣ ਬਈ ਚੰਗੇ ਆ, ਚਾਰੇ ਨਿਕੜਵੇਂ ਪੂਰੇ ਗੈਰ ਤੇ ਆ। ਤੇ ਕੀ ਮੁੱਲ ਕਰਿਆ ਜੀ ਇਹਦਾ? 57,000। 57,000 ਰੁਪਇਆ ਮਾਨ ਤਾਨ ਕਰ ਦੂੰਗੀ? ਮਾਨ ਤਾਨ ਕਰ। ਠੀਕ ਹੈ, 57,000 ਰੁਪਇਆ ਦਾ ਮੁੱਲ ਆ ਬਾਈ, ਬਾਕੀ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜੂ। ਦਿਨ ਕਿੰਨੇ ਲੈਂਦੀ ਅੰਕਲ ਇਹ? ਇਹਦੇ ਦਿਨ 8 ਹੀ ਰਹਿੰਦੇ ਆ ਬਸ। 8 ਦਿਨ? ਹਾਂਜੀ, 8 ਦਿਨਾਂ ਨੂੰ ਬਈ ਆਰਡਰ ਇਹਨੇ ਸੋਹਣਾ ਤਿਆਰ ਕਰ ਲੈਣਾ, ਬਲ ਢਿੱਲਾ ਨੇੜ ਤੋਂ ਚੈੱਕ ਕਰ ਲਓ। ਦੁੱਧ ਅੰਕਲ ਕਹਿੰਦਾ ਚੰਗਾ ਪਾ ਦੂ, ਯਾਦਵਰੀ ਦੀ ਚੰਗੀ ਆ, ਤੇ ਕੱਦ ਕਾਠ ਵੀ ਠੀਕ ਆ ਬਈ। ਬੈੜਾਂ ਬਈ ਸਾਰੀਆਂ ਚੰਗੀਆਂ, ਪਲੂਣ ਬੱਚੀ ਬਹੁਤ ਚੰਗੀਆਂ, ਥਣ ਥੁਣ ਨੇੜ ਤੋਂ ਜ਼ਰੂਰ ਚੈੱਕ ਕਰਵਾਉਣਾ ਅੱਗੇ ਤੋਂ, ਥਣ ਬਹੁਤ ਸੋਹਣਾ ਲੱਗਿਆ ਇਹਨੂੰ ਵੀ। ਤੇ ਆਹ ਸਿੰਘਾਂ ਵਾਲੀ ਬੈੜ ਵੀ ਚੰਗੀ ਆ, ਥਣ ਲੇਵੇ ਦੀ ਬਹੁਤ ਸਾਫ਼ ਆ ਇਹ, ਤੇ ਐਚ ਐਫ ਬੈੜ ਬਈ ਆਹ ਵੀ ਸੂਈਆਂ ਸਵਾਈਆਂ, ਦੋਨੇ ਬੈੜਾਂ ਚੰਗੀਆਂ ਦੁੱਧ ਤੇ ਆਈਆਂ ਵੀ ਆ। ਕਿਸੇ ਵੀਰ ਨੂੰ 6 ਦੇ 6 ਨਗਾਂ ਚੋਂ ਕੋਈ ਵੀ ਨਗ ਪਸੰਦ ਆਵੇ ਤਾਂ ਭਰਾ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ, ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।